ਲੋ ਜੀ ਦੋਸਤੋ ਹੁਣ ਅਸੀਂ ਉੱਥੇ ਕਵਰ ਕਰਕੇ ਚਰਚ ਨੂੰ ਔਰ ਓਲਡ ਗੋਆ ਕਵਰ ਕਰਕੇ ਵਧੀਆ ਵਧੀਆ ਲੋਕੇਸ਼ਨ ਅਸੀਂ ਹੁਣ ਚੱਲੇ ਹਾਂ ਜੀ ਡੋਨਾ ਪੋਲਾ ਬੀਚ 'ਤੇ ਜੋ ਕਿ ਕਾਫੀ ਜ਼ਿਆਦਾ ਫੇਮਸ ਹੈ ਹੁਣ ਤੁਹਾਨੂੰ ਦਿਖਾਉਂਦੇ ਹਾਂ ਬੀਚ 'ਚ ਆ ਕੇ ਆਹ ਸ਼ੂਟ ਕਰ ਲਾ ਥੋੜ੍ਹਾ ਜਿਹਾ ਸਰੋਤਿਆਂ ਨੂੰ ਦਿਖਾ ਦਈਏ ਬਸ਼ਰਤੀ ਸਰੋਤੇ ਸਾਡੀ ਵੀਡੀਓ ਜ਼ਿਆਦਾ ਵਾਚ ਨਹੀਂ ਕਰਦੇ ਮਾੜੀ ਜਿਹੀ ਦੇਖ ਕੇ ਛੱਡ ਦਿੰਦੇ ਪਰ ਸਾਡਾ ਫਰਜ਼ ਹੈ ਕਿ ਉਹਨਾਂ ਲਈ ਹਰ ਇੱਕ ਚੀਜ਼ ਸ਼ੂਟ ਕਰਨਾ ਤਾਂ ਇਹ ਜੀ ਹੁਣ ਅਸੀਂ ਪੂਰੇ ਪੰਜਿਮ ਏਰੀਆ ਦੇ ਵਿੱਚ ਹਾਂ ਜੀ ਬਹੁਤ ਹੀ ਸੋਹਣਾ ਏਰੀਆ ਹੈ ਜੀ ਬਹੁਤ ਹੀ ਪਿਆਰਾ ਏਰੀਆ ਆ ਸੋ ਨੌਰਥ ਇੱਧਰ ਥੋੜ੍ਹੀ ਕਹਿ ਲਓ ਕਿ ਇਹ ਕਿਉਂਕਿ ਕੈਪੀਟਲ ਹੈ ਥੋੜ੍ਹੀ ਜੀ ਇੱਧਰ ਚਹਿਲ ਪਹਿਲ ਹੈਗੀ ਆ ਬਟ ਹੁਣ ਕਿਉਂਕਿ ਅਸੀਂ ਡੋਨਾ ਪੋਲਾ ਬੀਚ ਵੱਲ ਜਾ ਰਹੇ ਹਾਂ ਸਾਊਥ ਗੋਆ ਅਤੇ ਉੱਧਰ ਕਾਫੀ ਜ਼ਿਆਦਾ ਸ਼ਾਂਤੀ ਹੋਏਗੀ ਅਸੀਂ ਸਾਊਥ ਗੋਆ ਦੀ ਇੱਕ ਅੱਧੀ ਹੋਰ ਵੀ ਬੀਚ ਤੁਹਾਡੇ ਲਈ ਕਵਰ ਕਰਾਂਗੇ ਡੋਨਾ ਪੋਲਾ ਤਾਂ ਫਿਰ ਅਜੇ ਨੇੜੇ ਹੀ ਆ ਅਤੇ ਅਸੀਂ ਹੋਰ ਵੀ ਕਵਰ ਕਰਾਂਗੇ ਤੁਹਾਡੇ ਲਈ ਏਰੀਆ ਕਿਉਂਕਿ ਸਾਡਾ ਅੱਜ ਆਖਰੀ ਦਿਨ ਹੈ ਤਾਂ ਸਾਨੂੰ ਕੋਈ ਜ਼ਿਆਦਾ ਕੰਮ ਵੀ ਹੈ ਨਹੀਂ ਗਾ ਤਾਂ ਅਸੀਂ ਅੱਜ ਸ਼ਾਮ ਤੱਕ ਜਿੰਨਾ ਕੁ ਵੀ ਸਾਡੇ ਕੋਲ ਟਾਈਮ ਹੈਗਾ ਆ ਅਸੀਂ ਤੁਹਾਡੇ ਲਈ ਵੀਡੀਓ ਬਣਾਉਣ 'ਤੇ ਹੀ ਲਾਉਣਾ ਸਾਰਾ ਜੀ ਇੱਥੋਂ ਤੁਸੀਂ ਕਰ ਸਕਦੇ ਹੋ ਸ਼ੋਪਿੰਗ ਜਾ ਲੱਡੂ ਤੈਨੂੰ ਕਹਿੰਦੇ ਕੱਪੜੇ ਲੈ ਲਾ ਕੁੜੀਆਂ ਹਾਂ ਜੀ ਆਂਟੀ ਨੇ ਔਫਰ ਕੀਤਾ ਲੱਡੂ ਨੂੰ ਸ਼ੈਲੀ ਨੂੰ ਵੀ ਕੁੜੀਆਂ ਵਾਲੇ ਗਾਊਨ ਜਿਹੇ ਸੀਗੇ ਕਹਿੰਦੀ ਕੱਕਾ ਟਰਾਈ ਕਰਕੇ ਦੇਖ ਇਹ ਵਾਲੀ ਜਿਹੜੀ ਜੀ ਬੀਚ ਹੈ ਇਹ ਅਸੀਂ ਤੁਹਾਨੂੰ ਦੱਸ ਦਈਏ ਵੀ ਇਹ ਉਹ ਬੀਚ ਹੈ ਜੀ ਜਿੱਥੇ ਸਿੰਘਮ ਨੇ ਉਹ ਗੱਡੀ ਦੇ ਕੋਲ ਜਾ ਕੇ ਲੈਟ ਜੀ ਪੱਟ ਕੇ ਨਹੀਂ ਉਹਦੇ ਮਾਰੀ ਸੀ ਇਹ ਉਹ ਵਾਲੀ ਬੀਚ ਹੈ ਜੀ ਉਹ ਕਰਦਾ ਫਿਸ਼ਿੰਗ ਆਈ ਥਿੰਕ ਉਹ ਜਿਹੜਾ ਏਰੀਆ ਉਹ ਬੰਦ ਕੀਤਾ ਹੋਇਆ ਜਿੱਥੇ ਉਹਨੇ ਉਹ ਪੱਟ ਕੇ ਮਾਰੀ ਸੀ ਸਿੰਘਮ ਵੀ ਖੋਲਦਾ ਇਹ ਸਰ ਸਿੰਘਮ ਦੇ ਲਈ ਖੋਲੀ ਜਾਂਦੀ ਹੈ ਜੀ ਇਹ ਕੁਛ ਨੋਟਿਸ ਦਿੱਤਾ ਉਹ ਕਿੱਦਾਂ ਗਏ ਉੱਧਰ ਲੋਕਲ ਹੋਣੇ ਉੱਧਰ ਕਿੱਥੇ ਰਾਹ ਤੇਰਾ ਲੱਗਦਾ ਅੰਕਲ ਤੇਰਾ ਪਾਣੀ ਪੂਣੀ ਵਧੇ ਕਰਕੇ ਹੋਣਾ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜੀ ਕਹਿੰਦੇ ਉੱਧਰਲਾ ਏਰੀਆ ਬੰਦ ਆ ਪਰ ਤੁਹਾਨੂੰ ਇੱਥੇ ਦਿਖਾਉਂਦੇ ਸਮੁੰਦਰ ਦੀ ਮੱਛੀਆਂ ਫੜਨ ਦਿਆ ਜੀ ਪਤਾ ਨਹੀਂ ਤੁਹਾਨੂੰ ਦਿਖਦਾ ਕਿ ਨਹੀਂ ਦਿਖਦਾ ਪਰ ਬੜੀ ਸ਼ਿੱਦਤ ਨਾਲ ਅਗਲਾ ਮੱਛੀਆਂ ਫੜਨ ਲੱਗਾ ਜੀ ਕਹਿੰਦਾ ਸ਼ਾਮ ਨੂੰ ਫਿਸ਼ ਕਰੀ ਘਰ ਬਣਾਉਣੀ ਆ ਫਿਸ਼ ਰਾਜ ਖਾਣੇ ਆ ਜੀ ਸ਼ਾਮ ਨੂੰ ਘਰ ਅਤੇ ਮੱਛੀ ਵੀ ਕਹਿੰਦਾ ਮੁੱਲ ਨਹੀਂ ਲੈਣੀ ਮੱਛੀ ਫੜ ਕੇ ਲਿਜਾਣੀ ਹਵਾ ਇੰਨੀ ਹੈ ਜੀ ਮੈਂ ਜਿੰਨਾ ਮਰਜ਼ੀ ਜ਼ੋਰ ਦਾ ਮਤਲਬ ਹੱਥ ਦਾ ਫੜਾ ਇਹਨੂੰ ਰੋਪਰੋ ਨੂੰ ਵੱਡੇ ਆ ਕਿ ਹਵਾ ਬਹੁਤ ਸ਼ੇਕ ਕਰ ਰਹੀ ਆ ਕਿਹੜੀ ਨਹੀਂ ਲੱਭੀ
ਕਹਿੰਦਾ ਮੈਂ ਤਾਂ ਪੰਜਾਬੀ ਬੋਲਦਾ ਮੈਂ ਤਾਂ ਹਿੰਦੀ ਬੋਲਦਾ ਸਾਰੇ ਜੀ ਇੱਧਰੋਂ ਸਿਗਨਲ ਆਇਆ ਸੀ ਲਾਈਟ ਜੀ ਪੱਟ ਕੇ ਉਹ ਜਦੋਂ ਦੀ ਉਹਨੇ ਲਾਈਟ ਪੱਟੀ ਉਦੋਂ ਦਾ ਨਹੀਂ ਬੰਦ ਕਰਤਾ ਕਹਿੰਦੇ ਲੋਕ ਲਾਈਟਾਂ ਪੱਟਣ ਲੱਗ ਪਏ ਹਰੇਕ ਬੰਦਾ ਇੱਥੇ ਆ ਕੇ ਸਿੰਗਲ ਬਣਨ ਲੱਗ ਪੈਂਦਾ ਸੀ ਫਿਰ ਉਹਨਾਂ ਨੇ ਆਹ ਦੇਖੋ ਆਹ ਬੰਦ ਹੀ ਕਰਤਾ ਆਹ ਨੋਟਿਸ ਲਾਇਆ ਲਿਖ ਕੇ ਉਹਨੇ ਤਾਂ ਪੂਰਾ ਏਰੀਆ ਬੰਦ ਕਰਤਾ ਲਓ ਜੀ ਜਾ ਰਿਹਾ ਮੈਂ ਆਹ ਸਾਡੀ ਗੁਆਚੀ ਗਾ ਇਹ ਨਹੀਂ ਕਿਸੇ ਨੂੰ ਦੇਖਦਾ ਇਹ ਜਦੋਂ ਇੱਕ ਵਾਰੀ ਕੈਮਰਾ ਲੈ ਕੇ ਤੁਰ ਪੈਂਦਾ ਕੋਈ ਬੰਦਾ ਕੋਈ ਸ਼ੂਟ ਕਰਦਾ ਹੋਵੇ ਕੁਛ ਕਰਦਾ ਅੱਜ ਸਵੇਰ ਦਾ 10-15 ਬੰਦਿਆਂ ਦਾ ਗਾਲਾ ਖਾ ਚੁੱਕਾ ਜਿਨ੍ਹਾਂ ਦੇ ਨੇ ਸ਼ੂਟ ਖਰਾਬ ਕੀਤੇ ਆ ਨਹੀਂ ਕਾਹਲੇ ਦੇਖ ਰਹੇ ਵੀ ਕਾਹੇ ਦੇਖ ਰਹੇ ਤੂੰ ਕਾਹੇ ਨਹੀਂ ਦੇਖ ਰਹੇ ਜਬ ਤੇਰੇ ਇੱਕ ਕੰਨ ਪੇ ਜੜਤ ਰਹੇ ਤੂੰ ਦਿਖ ਰਹੇ ਲੋ ਜੀ ਅਸੀਂ ਚੱਲ ਪਏ ਹਾਂ ਜੀ ਚਰਚ ਵੱਲ ਸੈਂਤ ਪਤਾ ਨਹੀਂ ਕੀ ਨਾਮ ਹੈ ਜੀ ਚਰਚ ਦਾ ਤੁਹਾਨੂੰ ਲਿਖ ਕੇ ਦੇਖ ਦੇਵਾਂਗੇ ਫਿਰ ਮੈਂ ਟਰਾਈ ਕਰਦਾ ਤੁਹਾਨੂੰ ਬੋਲ ਕੇ ਦੱਸਾਂ ਇੱਕ ਮਿੰਟ ਰੁਕੋ ਪਹਿਲਾਂ ਮੈਂ ਦੇਖ ਲੈਂਦਾ ਗੂਗਲ ਮੈਪ 'ਤੇ ਚਰਚ ਦਾ ਨਾਮ ਫਿਰ ਮੈਂ ਤੁਹਾਨੂੰ ਬੋਲ ਕੇ ਦੱਸਣ ਦੀ ਟਰਾਈ ਕਰਦਾ ਇਹਦਾ ਨਾਂ ਜੀ ਸੈਂਤ ਕੈਥੇਡ੍ਰਲ ਇੱਦਾਂ ਕੁਛ ਨਾਮ ਹੈ ਜੀ ਉਸ ਤੋਂ ਬਾਅਦ ਅਸੀਂ ਜਾਣਾ ਜੀ ਸਾਊਥ ਗੋਆ ਦੀ ਇੱਕ ਬੀਚ ਵਿਜ਼ਿਟ ਕਰਨੀ ਆ ਉਸ ਤੋਂ ਬਾਅਦ ਅਸੀਂ ਫਿਰ ਪੰਜੇ ਮਾਵਾਂਗੇ ਮੀਰਾਮਾਰ ਬੀਚ ਹੀ ਖੜ੍ਹੇ ਜੀ ਸਾਡੀ ਅੱਜ ਦੀ ਈਵਨਿੰਗ ਅਸੀਂ ਮੀਰਾਮਾਰ ਬੀਚ ਰੁਕਾਂਗੇ ਜੀ ਔਰ ਡਿਨਰ ਵਗੈਰਾ ਇੱਧਰੋਂ ਪੰਜਿਮ ਤੋਂ ਡਿਨਰ ਡੁਨਰ ਕਰਕੇ ਰਾਤ ਨੂੰ ਗੋਆ ਜੀ ਆਪਣੇ ਹੋਟਲ ਉੱਧਰ ਨੌਰਥ ਗੋਆ ਵਾਪਸ ਜਾਵਾਂਗੇ ਔਰ ਕੱਲ੍ਹ ਅਰਲੀ ਮੋਰਨਿੰਗ ਸਾਡੀ ਵਾਪਸੀ ਹੈ ਜੀ ਕੱਲ੍ਹ ਅਸੀਂ ਟਰਾਈ ਕਰਾਂਗੇ ਕਿ ਇੱਥੋਂ 6 ਵਜੇ ਮੋਰਨਿੰਗ ਅਰਲੀ ਮੋਰਨਿੰਗ ਅਸੀਂ ਚੱਲ ਪਈਏ ਕਿਉਂਕਿ ਅਸੀਂ ਕੱਲ੍ਹ 700 ਕਿਲੋਮੀਟਰ ਕਵਰ ਕਰਨਾ ਆ ਜੋ ਕਿ 11-12 ਘੰਟੇ ਦੀ ਡਰਾਈਵ ਹੋਊਗੀ ਜੀ ਸੋ ਅਸੀਂ ਟਰਾਈ ਕਰਾਂਗੇ ਕਿ ਕੱਲ੍ਹ ਅਸੀਂ ਅਰਲੀ ਨਿਕਲੀਏ ਜਿੱਥੋਂ ਸੋ ਵੀ ਆਰ ਹੇਅਰ ਵਨ ਆਫ ਦਾ ਬੈਸਟ ਏਰੀਆ ਆਫ ਪੰਜਿਮ ਗੋਆ ਓਲਡ ਗੋਆ ਇੱਥੇ ਆਏ ਜੀ ਅਸੀਂ ਚਰਚ ਜਿਹਦਾ ਨਾਮ ਮੈਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਲੈਣਾ ਹੀ ਨਹੀਂ ਆਇਆ ਬੜੀ ਮੈਂ ਟਰਾਈ ਕੀਤੀ ਨੈੱਟ ਤੋਂ ਦੇਖ ਦੇਖ ਕੇ ਪ੍ਰਨਾਊਂਸ ਦੇਖ ਕੇ ਕਿ ਕਿੱਦਾਂ ਲੋਕ ਉਹਨੂੰ ਪ੍ਰਨਾਊਂਸ ਕਰ ਰਹੇ ਆ ਪਰ ਨਹੀਂ ਸਾਡੇ ਤੋਂ ਨਹੀਂ ਨਾਮ ਲੈਣਾ ਆਇਆ ਸਾਨੂੰ ਸੈਂਟ ਕੈਥਰਲ ਪਤਾ ਨਹੀਂ ਇੱਦਾਂ ਕੁਛ ਹੈਗਾ ਸੋ ਅਸੀਂ ਇੰਨਾ ਜ਼ਿਆਦਾ ਪੰਗਾ ਨਹੀਂ ਲੈਣਾ ਐਵੇਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਸਾਡੇ ਗੋਆ ਦੇ ਵੀਰ ਵੀ ਸਾਨੂੰ ਕੱਲ੍ਹ ਵਾਚ ਕਰਨਗੇ ਕਹਿਣਗੇ ਸਾਡੇ ਚਰਚ ਦਾ ਨਾਂ ਗਲਤ ਲਿਆ ਸੋ ਹੁਣ ਅਸੀਂ ਜਾ ਰਹੇ ਚਰਚ ਇੱਧਰ ਲੈਫਟ ਸਾਈਡ 'ਤੇ ਵੀ ਓਲਡ ਬਿਲਡਿੰਗ ਹੈ ਜੀ 16th century ਦੀ ਆਈ ਥਿੰਕ ਇਹ ਬਿਲਡਿੰਗ ਹੈ ਕਾਫੀ ਪੁਰਾਣੀ ਜਿੰਨੀਆਂ ਵੀ ਜਗ੍ਹਾ ਹਜੇ ਤੱਕ ਦੇਖੀਆਂ ਜੀ ਗੋਆ 'ਚ ਸਭ ਤੋਂ ਬੈਸਟ ਫਰੰਟ ਤੋਂ ਸ਼ੂਟ ਲਈ ਇਹਦਾ
आ चुके हैं जी शाने पंजाब रेस्टोरेंट बार रोटी खान पता नहीं हम ढाबा पंजाबियों का कहता है पर आ चुके हैं असं शेरे पंजाब जी सर शाने पंजाब वेटिंग है जी आ जी फूड मंगाया शैली जी चौला की रेल बनाते हुए वैसे ना अं तुम अद्धी रोटी खा के फूड दिखाने लगे हैं जी क्योंकि साढ़े तो सफर नहीं होया सानू भुख ही नहीं लगी सी बाकी थोड़ी रुक के तुम खाली प्लेटा दिखाने हैं लो जी ये रॉयल काजू के शॉप के उत्ते आए हैं जी गोवा के सब तो फेमस काजू इन्हों कभी भी किसी ने आना हो गोवा च आके तुम रॉयल काजू लिख के सर्च मारो तुम यूट्यूब उत्ते गूगल पर जो मर्जी सीधा तुम इन्हें शॉप पर लैके आऊगी हाँ हूँ ही भाजी हूँ तो अभी लाए हैं जी काजू सारे वास्ते हाँ जी दोस्तों लो जी असं पहुँच चुके हैं मीरामार बीच जी ये बीच जिदा असी नॉर्थ गोवा की तुम कैलंगेट से वाघा बीच दिखाई थी इदा ही यह बीच जी है जी पंजिम की बीच है जी कैपिटल की इतने भी माहौल काफ़ी वधिया है आ दो बंदे जोड़े आए थे जलंधरों पंजाब तो कल इन्होंने वापसी करनी है अज तुम मैक्सीम जिन्ना कुछ दिखा सकते हैं दिखा देना है बहुत सोहना माहौल है जी